ਕੋਰੋਨਾ ਵਾਇਰਸ ਜਿਹੀ ਮਹਾਮਾਰੀ ਨਾਲ ਨਜਿੱਠਣ ਲਈ ਪੁਲਿਸ ਜਿੱਥੇ ਪੰਜਾਬ ਵਿੱਚ ਕਰਫਿਊ ਨੂੰ ਪੂਰੀ ਤਰ੍ਹਾਂ ਅਮਲੀ ਜਾਮਾ ਪਹਿਨਾ ਰਹੀ ਹੈ, ਉੱਥੇ ਹੀ ਗਰੀਬ ਲੋਕਾਂ ਦੀ ਸੇਵਾ ਭਾਵਨਾ ਵੀ ਪੂਰੀ ਤਰ੍ਹਾਂ ਨਿਭਾ ਰਹੀ ਹੈ। ਅਜਿਹੀ ਹੀ ਮਿਸਾਲ ਚੀਮਾ ਮੰਡੀ ਵਿਖੇ ਦੇਖਣ ਨੂੰ ਮਿਲੀ, ਜਿੱਥੇ ਚੀਮਾ ਮੰਡੀ ਦੇ ਥਾਣਾ ਮੁਖੀ ਜਸਵੀਰ ਸਿੰਘ ਤੂੜ ਦੀ ਅਗਵਾਈ ਹੇਠ ਅਗਰਵਾਲ ਫੈਮਿਲੀ ਕਲੱਬ ਦੇ ਸਹਿਯੋਗ ਨਾਲ ਗਰੀਬ ਪਰਿਵਾਰਾਂ ਨੂੰ ਖਾਣ ਪੀਣ ਦਾ ਰਾਸ਼ਨ ਵੰਡਿਆ ਗਿਆ। ਆਜ਼ਾਦ ਟੀਵੀ ਨਿਊਜ਼ ਦੇ ਲਈ ਚੀਮਾ ਮੰਡੀ ਤੋਂ ਦੀਪਕ ਬਾਂਸਲ ਦੀ ਰਿਪੋਰਟ। ਹੈਲਪਲਾਈਨ ਤੇ ਫੋਨ ਕੀਤਾ ਸੀਗਾ ਜੀ। ਤੁਹਾਡਾ ਕੀ ਨਾਮ ਹੈ ਜੀ? ਮੇਰਾ ਨਾਮ ਗੁਰਮੇਲ ਸਿੰਘ ਹੈ ਜੀ। ਹੈਲਪਲਾਈਨ ਤੇ ਫੋਨ ਕਰਨ ਤੋਂ ਬਾਅਦ ਸਾਨੂੰ ਵਾਪਸ ਕਾਲ ਆਈ ਵੀ ਅਸੀਂ ਕੁਛ ਟਾਈਮ ਬਾਅਦ ਤੁਹਾਡੇ ਕੋਲ ਪਹੁੰਚ ਰਹੇ ਹਾਂ। ਸਾਡੇ ਕੋਲ ਕੁਛ ਟਾਈਮ ਬਾਅਦ ਪਹੁੰਚ ਕੇ ਸਾਡੀ ਹਾਲਤ ਦੇਖੀ, ਸਾਡੇ ਮਰੀਜ਼ ਦੀ ਹਾਲਤ ਦੇਖੀ, ਸਾਨੂੰ ਮਹਿਕਮੇ ਵੱਲੋਂ ਸਾਨੂੰ ਆਟਾ ਦਾਲ ਰਾਸ਼ਨ ਵੀ ਦੇ ਕੇ ਗਏ ਤੇ ਸਾਨੂੰ ਇਹ ਵੀ ਕਹਿ ਕੇ ਗਏ ਵੀ ਕੱਲ ਨੂੰ ਤੁਹਾਡਾ ਐਂਬੂਲੈਂਸ ਦਾ ਇੰਤਜ਼ਾਮ ਕਰਕੇ ਦੇਵਾਂਗੇ, ਥੋੜਾ ਮੋਟਾ ਖਰਚਾ ਵੀ ਪਾਣੀ ਦੇਵਾਂਗੇ। ਇਹਦਾ ਕੀ ਕਾਰਨ ਹੈ ਤੇ ਕੀ ਸਹਾਇਤਾ ਕਰਕੇ? ਹਾਂਜੀ, ਜ਼ਿਲ੍ਹਾ ਪੁਲਿਸ ਸੰਗਰੂਰ ਤੇ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵੱਲੋਂ ਇੱਕ ਹੈਲਪਲਾਈਨ ਨੰਬਰ ਜਾਰੀ ਕੀਤੇ ਹੋਏ ਨੇ, ਜੋ ਹੈਲਪਲਾਈਨ ਨੰਬਰ ਤੇ ਇਹਨਾਂ ਨੇ ਅੱਜ ਕਾਲ ਕੀਤੀ ਸੀ, ਜਿਸ ਦੀ ਕਾਲ ਤੇ ਤੁਰੰਤ ਅਸੀਂ ਇਹਨਾਂ ਨੂੰ ਇਹਨਾਂ ਦੇ ਘਰ ਰਾਸ਼ਨ ਦਾ ਪ੍ਰਬੰਧ ਬਿਲਕੁਲ ਨਹੀਂ ਸੀਗਾ, ਅਸੀਂ ਇਹਨਾਂ ਨੂੰ ਰਾਸ਼ਨ ਪ੍ਰੋਵਾਈਡ ਕਰਵਾਤਾ ਹੈ। ਇਸ ਤੋਂ ਇਲਾਵਾ ਇਹ ਕਹਿ ਰਹੇ ਨੇ ਕਿ ਸਾਡੇ ਘਰ ਇੱਕ ਮਰੀਜ਼ ਹੈ ਜਿਹਨੂੰ ਲੈ ਕੇ ਜਾਣ ਲਈ ਸਾਡੇ ਕੋਲ ਕੋਈ ਵਹੀਕਲ ਨਹੀਂ ਹੈ। ਹੁਣ ਅਸੀਂ ਇੱਕ ਐਂਬੂਲੈਂਸ ਦਾ ਵੀ, ਇੱਕ ਸਾਡਾ ਇੱਥੇ ਅਗਰਵਾਲ ਫੈਮਿਲੀ ਕਲੱਬ ਹੈ, ਇੱਕ ਉਹਦੇ ਨਾਲ ਸਾਡਾ ਟਾਈ ਅਪ ਹੈ, ਜਿਹਨਾਂ ਤੋਂ ਅਸੀਂ ਇੱਕ ਐਂਬੂਲੈਂਸ ਪ੍ਰੋਵਾਈਡ ਕਰਵਾ ਕੇ ਇਹਨਾਂ ਨੂੰ ਅਸੀਂ ਪ੍ਰੋਵਾਈਡ ਕਰਾਵਾਂਗੇ ਤੇ ਇਹਨਾਂ ਦਾ ਇਲਾਜ ਜਿੱਥੇ ਵੀ ਚਾਹੁੰਗੇ ਉੱਥੇ ਤੱਕ ਭਿਜਵਾਵਾਂਗੇ ਇਹਨਾਂ ਨੂੰ।